ਕਸ਼ਮੀਰ ਦੇ ਆਪਣੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਦੇ ਸੈਰ-ਸਪਾਟਾ ਖੇਤਰ ਨੂੰ ਹੁਲਾਰਾ ਦੇਣ ਲਈ ਦੇਖੋ ਆਪਣਾ ਦੇਸ਼ ਲੋਕਾਂ ਦੀ ਪਸੰਦ 2024 ਦਾ ਉਦਘਾਟਨ ਕਰਨਗੇ। ਇਹ ਇੱਕ ਦੇਸ਼ ਵਿਆਪੀ ਪਹਿਲ ਕਦਮੀ ਹੋਵੇਗੀ। ਇਹ ਪਹਿਲ ਕਦਮੀ ਆਧਿਆਤਮਕ, ਸਭਿਆਚਾਰਕ ਵਿਰਾਸਤ, ਕੁਦਰਤੀ ਅਤੇ ਜੰਗਲੀ ਜੀਵ ਅਤੇ ਰੋਮਾਂਚ ਸਮੇਤ ਵੱਖ-ਵੱਖ ਸੈਰ-ਸਪਾਟਾ ਵਰਗਾਂ ਦੀਆਂ ਤਰਜੀਹੀ ਸਲਾਨੀਆਂ ਨੂੰ ਆਕਰਸ਼ਿਤ ਕਰਨ ਵਾਲੀਆਂ ਥਾਵਾਂ ਦੀ ਪਛਾਣ ਕਰਨ ਵਿੱਚ ਮਦਦ ਕਰੇਗੀ। ਇਹਨਾਂ ਵਰਗਾਂ ਤੋਂ ਇਲਾਵਾ ਹੋਰ ਵਰਗਾਂ ਦੇ ਭਾਗੀਦਾਰਾਂ ਨੂੰ ਉਨ੍ਹਾਂ ਦੀ ਨਿੱਜੀ ਪਸੰਦ ਦੇ ਉਮੀਦਵਾਰ ਨੂੰ ਵੋਟ ਪਾਉਣ ਦੀ ਸਰਤ ਦੇ ਵਿਕੀ ਭਾਰਤ ਸਰਕਾਰ ਮਾਈਗੋ ਪੋਰਟਲ ਦੇ ਸਹਿਯੋਗ ਨਾਲ ਦੇਖੋ ਆਪਣਾ ਦੇਸ਼ ਪਹਿਲ ਕਦਮੀ ਪਿਛਲੇ ਕੁਝ ਸਮੇਂ ਤੋਂ ਚੱਲ ਰਹੀ ਹੈ ਜਿਸ ਵਿੱਚ ਦੇਸ਼ ਭਰ ਵਿੱਚ ਸੈਰ ਸਪਾਰਟੇ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਕੀਤੇ ਗਏ ਪ੍ਰੋਗਰਾਮਾਂ ਦੀ ਇੱਕ ਲੜੀ ਪੇਸ਼ ਕੀਤੀ ਗਈ ਹੈ ਇਸੇ ਤਰ੍ਹਾਂ ਦਾ ਹੀ ਇੱਕ ਪ੍ਰੋਗਰਾਮ ਪ੍ਰਯਟਨ ਪਰਵ ਦੇਖੋ ਆਪਣਾ ਦੇਸ਼ ਫੋਟੋ ਮੁਕਾਬਲਾ 2017 ਵਿੱਚ 26 ਸਤੰਬਰ ਤੋਂ 20 ਅਕਤੂਬਰ ਤੱਕ ਆਯੋਜਿਤ ਕੀਤਾ ਗਿਆ ਸੀ